ਜਦੋਂ ਅਸੀਂ ਤਾਂ ਫਿਜ਼ੀਕਲੀ ਪੇਸ਼ ਹੋਏ ਨੇ, ਬਾਕੀ ਵੀ ਸੀ ਰਾਹੀਂ ਹੋਏ ਨੇ, ਪਰ ਕੁਛ ਸਾਡੇ ਵੱਲੋਂ ਕੁਛ ਰਿਕਾਰਡ ਮੰਗਿਆ ਗਿਆ, ਉਹ ਅਗਲੀ ਤਰੀਕ ਹੈ ਜਿਹੜੀ ਉਹ 8 ਫਰਵਰੀ ਪਈ ਹੈ, ਫਿਰ ਉਸ ਤੋਂ ਬਾਅਦ ਜਿਹੜੀ ਸ਼ਾਇਦ ਮੈਂ ਸੰਭਵ ਹੋਊਗੀ ਇਹ 4 ਦਿਨ ਕਰ ਲਿਆ। ਕੀ ਕਹੋਗੇ ਲਗਾਤਾਰ ਜਿਹੜਾ ਇਨਸਾਫ਼ ਦੀ ਮੰਗ ਨੂੰ ਲੈ ਕੇ ਹਰ ਇੱਕ ਪਾਰਟੀ ਕੋਲ ਗਹਾਰ ਵੀ ਲਗਾ ਚੁੱਕੇ, ਹੁਣੇ ਵੀ ਜਿਹੜੇ ਮੁਲਜ਼ਮ ਬਾਹਰ ਨੇ? ਕਿਹੜਾ ਤਾਂ ਇਹ ਵੀ ਥੋੜ੍ਹੀ ਨਿਰਾਸ਼ੀ ਹੁੰਦੀ ਹੈ ਥੋੜ੍ਹੀ ਇਸ ਗੱਲ ਨੂੰ ਲੈ ਕੇ ਵੀ ਇੰਨੀ ਮਿਹਨਤ ਕਰਦੇ ਹਾਂ ਪਰ ਫਿਰ ਵੀ ਕੰਮ ਬਹੁਤ ਸਲੋ ਚੱਲ ਰਿਹਾ। ਚਲੋ ਉਹ ਹੁਣ ਅਦਾਲਤ ਦੀ ਆਪਣੀ ਮਰਿਆਦਾ ਹੁੰਦੀ, ਜਿਸ ਤਰ੍ਹਾਂ ਸਾਰੇ ਦੋਸ਼ੀਆਂ ਨੂੰ ਆਪਦਾ ਪੱਖ ਰੱਖਣ ਦਾ ਹੱਕ ਹੈ, ਉਵੇਂ ਕੋਈ ਨਾ ਕੋਈ ਰਿੜਕਾ ਜਿਹਾ ਪਈ ਹੀ ਜਾਂਦਾ ਲੇਟ ਹੋਣ ਵਾਲਾ, ਤਾਂ ਹੁਣ ਵੀ ਲੱਗੀ ਹੈ ਵੀ ਨੇੜੇ ਸ਼ਾਇਦ 1-2 ਤਰੀਕਾਂ 'ਤੇ 4 ਫਰੇਮ ਹੋ ਜਾਣ ਸ਼ਾਇਦ। ਅੱਗੇ ਤੁਸੀਂ ਕਹਿੰਦੇ ਸੀ ਵੀ ਅਦਾਲਤਾਂ 'ਤੇ ਭਰੋਸਾ, ਅੱਜ ਫਿਰ 1 ਤਰੀਕ ਅੱਗੇ ਪੈ ਗਈ, ਪਹਿਲਾਂ ਵੀ ਇਹੀ ਗੱਲ ਹੋਈ ਸੀਗੀ? ਨਹੀਂ ਰਾਜੇ, ਭਰੋਸਾ ਤਾਂ ਹੈਗਾ ਹੀ ਹੈ, ਦੇਖੋ ਕੋ ਹੁਣ ਭਰੋਸਾ ਇਹ ਤਾਂ ਪ੍ਰੋਸੈਸ ਹੈ ਇੱਕ। ਹੁਣ ਜੇ ਕੋਈ ਬੰਦਾ ਐਪਲੀਕੇਸ਼ਨ, ਅੱਜ ਆਪਾਂ ਕਿਹਾ ਐਪਲੀਕੇਸ਼ਨ ਦੇ ਕੇ ਵੀ ਸਾਨੂੰ ਆਹ ਫਲਾਨਾ ਰਿਕਾਰਡ ਮਿਲਣਾ ਚਾਹੀਦਾ, ਤਾਂ ਹੁਣ ਕੋਰਟ ਨੂੰ ਮੰਨਣੀ ਪੈਂਦੀ ਹੈ ਉਹ ਗੱਲ, ਤਾਂ ਜਿਹੜਾ ਕੋਈ ਐਪਲੀਕੇਸ਼ਨ ਲੱਗਦਾ। ਹਾਂ, ਜਿਹੜਾ ਦੂਜਾ ਸਰਕਾਰਾਂ ਦਾ ਜਿਹੜਾ ਰਵੱਈਆ ਉਹ ਇਸ ਤੋਂ ਵੀ ਜ਼ਿਆਦਾ ਨਿਰਾਸ਼ਾਜਨਕ ਹੈ। ਹੁਣ ਤੁਸੀਂ ਵੀਡੀਓ 'ਤੇ ਲਾ ਲਓ, ਹੁਣ ਜਿੱਦਾਂ ਲਾਰੈਂਸ ਦੀ ਹਾਈ ਕੋਰਟ ਮੰਨ ਲਓ ਅਦਾਲਤ ਦੇ ਦਖਲ ਦੇਣ ਦੇ ਨਾਲ ਹਟ ਗਈ, ਨਾਲ ਦੀ ਨਾਲ ਹੀ 1 ਹਫ਼ਤਾ ਪਹਿਲਾਂ ਸਰਕਾਰ ਆਤੰਕਵਾਦੀ ਘੋਸ਼ਿਤ ਕਰਦੀ ਹੈ ਗੋਲਡੀ ਨੂੰ, ਉਸ ਤੋਂ ਬਾਅਦ ਉਹਦੀ ਵੀਡੀਓ ਨੂੰ ਵਾਇਰਲ ਕਰਦੀ ਹੈ ਚੈਨਲਾਂ ਦੇ ਉੱਤੇ, ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅੱਗੇ ਜਿਹੜਾ ਤੁਹਾਡਾ ਮੀਡੀਆ ਇਹ ਇੱਕ ਤੀਜੇ ਥੰਮ ਵਜੋਂ ਜਾਣਿਆ ਜਾਂਦਾ ਸੀਗਾ ਸਾਡਾ, ਪਰ ਪੀੜਤਾਂ ਦੀਆਂ ਦੁਖਿਆਰਿਆਂ ਦੀਆਂ ਜਿਹੜੀਆਂ ਅਰਜ਼ੀਆਂ ਉਹਨਾਂ ਨੂੰ ਅੱਗੇ ਇਹਨਾਂ ਨੇ ਅਪਲੋਡ ਕਰਨਾ ਹੁੰਦਾ ਸੀਗਾ, ਉਹਨੂੰ ਸਮਾਜ ਦੇ ਅੱਗੇ ਲੈ ਕੇ ਆਉਣਾ ਸੀ। ਔਰ ਇੰਟਰਵਿਊ ਦੇਖੋ, ਇਹ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਦਾ ਇੰਨਾ ਸਖਤੀ ਦੇ ਨਾਲ, ਦੇਸ਼ ਦੇ ਰਾਸ਼ਟਰ ਵਿਰੋਧੀ ਵੀ ਉਹਨੂੰ ਦੱਸਿਆ ਗਿਆ, ਯੂਥ ਵਿਰੋਧੀ ਵੀ ਉਹਨੂੰ ਦੱਸਿਆ ਗਿਆ, ਪਰੰਤੂ ਉਹਦੇ ਬਾਵਜੂਦ ਨਾਲ ਦੀ ਨਾਲ ਇੱਕ ਨਵੀਂ ਜਾਰੀ ਕਰਤੀ। ਤਾਂ ਜੋ ਸਰਕਾਰ ਹੀ ਇਹ ਚੀਜ਼ਾਂ ਨੂੰ ਗਲੋਰੀਫਾਈ ਕਰਦੀ ਹੈ, ਬਦਮਾਸ਼ਾਂ ਨੂੰ ਗਲੋਰੀਫਾਈ ਕਰਦੀ ਹੈ, ਤਾਂ ਫਿਰ ਰੋਕੂਗਾ ਕੌਣ? ਲੱਗਦਾ ਨਹੀਂ ਇੱਕ ਪਾਸੇ ਬਚਣ ਦੀਆਂ ਕੋਸ਼ਿਸ਼ਾਂ ਅਤੇ ਦੂਸਰੇ ਪਾਸੇ ਗੋਲਡੀ ਕਹਿੰਦਾ ਵੀ ਭਾਈ ਨੇ ਕਿਹਾ ਸੀਗਾ ਵੀ ਅਸੀਂ ਕਰਾਏ? ਬਿਲਕੁਲ, ਉਹ ਤਾਂ ਉਹਨਾਂ ਦੇ ਦੂਰੇ ਮਾਪਦੰਡ ਹੈ ਜੀ, ਇਹ ਤਾਂ ਕੱਠ ਪੁਤਲੀਆਂ ਨੇ ਜੀ। ਜਦੋਂ ਅਸੀਂ ਤਾਂ ਫਿਜ਼ੀਕਲੀ ਪੇਸ਼ ਹੋਏ, ਬਾਕੀ ਵੀ ਸੀ ਰਾਹੀਂ ਹੋਏ ਨੇ, ਪਰ ਕੁਛ ਸਾਡੇ ਵੱਲੋਂ ਕੁਛ ਰਿਕਾਰਡ ਮੰਗਿਆ ਗਿਆ, ਉਹ ਅਗਲੀ ਤਰੀਕ ਹੈ ਜਿਹੜੀ ਉਹ 8 ਫਰਵਰੀ ਪਈ ਹੈ, ਫਿਰ ਉਸ ਤੋਂ ਬਾਅਦ ਜਿਹੜੀ ਸ਼ਾਇਦ ਮੈਂ ਸੰਭਵ ਹੋਊਗੀ ਇਹ 4 ਦਿਨ ਕਰ ਲਿਆ। ਕੀ ਕਹੋਗੇ ਲਗਾਤਾਰ ਜਿਹੜਾ ਇਨਸਾਫ਼ ਦੀ ਮੰਗ ਨੂੰ ਲੈ ਕੇ ਹਰ ਇੱਕ ਪਾਰਟੀ ਕੋਲ ਗਹਾਰ ਵੀ ਲਗਾ ਚੁੱਕੇ, ਹੁਣੇ ਵੀ ਜਿਹੜੇ ਮੁਲਜ਼ਮ ਬਾਹਰ ਨੇ? ਕਿਹੜਾ ਤਾਂ ਇਹ ਵੀ ਥੋੜ੍ਹੀ ਨਿਰਾਸ਼ੀ ਹੁੰਦੀ ਹੈ ਥੋੜ੍ਹੀ ਇਸ ਗੱਲ ਨੂੰ ਲੈ ਕੇ ਵੀ ਇੰਨੀ ਮਿਹਨਤ ਕਰਦੇ ਹਾਂ ਪਰ ਫਿਰ ਵੀ ਕੰਮ ਬਹੁਤ ਸਲੋ ਚੱਲ ਰਿਹਾ। ਚਲੋ ਉਹ ਹੁਣ ਅਦਾਲਤ ਦੀ ਆਪਣੀ ਮਰਿਆਦਾ ਹੁੰਦੀ, ਜਿਸ ਤਰ੍ਹਾਂ ਸਾਰੇ ਦੋਸ਼ੀਆਂ ਨੂੰ ਆਪਦਾ ਪੱਖ ਰੱਖਣ ਦਾ ਹੱਕ ਹੈ, ਉਵੇਂ ਕੋਈ ਨਾ ਕੋਈ ਰਿੜਕਾ ਜਿਹਾ ਪਈ ਜਾਂਦਾ ਲੇਟ ਹੋਣ ਵਾਲਾ, ਤਾਂ ਹੁਣ ਵੀ ਲੱਗੀ ਹੈ ਵੀ ਨੇੜੇ ਸ਼ਾਇਦ 1-2 ਤਰੀਕਾਂ 'ਤੇ 4 ਫਰੇਮ ਹੋ ਜਾਣ ਸ਼ਾਇਦ। ਅੱਗੇ ਤੁਸੀਂ ਕਹਿੰਦੇ ਸੀ ਵੀ ਅਦਾਲਤਾਂ 'ਤੇ ਭਰੋਸਾ, ਅੱਜ ਫਿਰ 1 ਤਰੀਕ ਅੱਗੇ ਪੈ ਗਈ, ਪਹਿਲਾਂ ਵੀ ਇਹੀ ਗੱਲ ਹੋਈ ਸੀਗੀ? ਨਹੀਂ ਰਾਜੇ, ਭਰੋਸਾ ਤਾਂ ਹੈਗਾ ਹੀ ਹੈ, ਦੇਖੋ ਹੁਣ ਭਰੋਸਾ ਇਹ ਤਾਂ ਪ੍ਰੋਸੈਸ ਹੈ ਇੱਕ। ਹੁਣ ਜੇ ਕੋਈ ਬੰਦਾ ਐਪਲੀਕੇਸ਼ਨ, ਅੱਜ ਆਪਾਂ ਕਿਹਾ ਐਪਲੀਕੇਸ਼ਨ ਦੇ ਕੇ ਵੀ ਸਾਨੂੰ ਆਹ ਫਲਾਨਾ ਰਿਕਾਰਡ ਮਿਲਣਾ ਚਾਹੀਦਾ, ਤਾਂ ਹੁਣ ਕੋਰਟ ਨੂੰ ਮੰਨਣੀ ਪੈਂਦੀ ਹੈ ਉਹ ਗੱਲ, ਤਾਂ ਜਿਹੜਾ ਕੋਈ ਐਪਲੀਕੇਸ਼ਨ ਲੱਗਦਾ। ਹਾਂ, ਜਿਹੜਾ ਦੂਜਾ ਸਰਕਾਰਾਂ ਦਾ ਜਿਹੜਾ ਰਵੱਈਆ ਉਹ ਇਸ ਤੋਂ ਵੀ ਜ਼ਿਆਦਾ ਨਿਰਾਸ਼ਾਜਨਕ ਹੈ। ਹੁਣ ਤੁਸੀਂ ਵੀਡੀਓ 'ਤੇ ਲਾ ਲਓ, ਹੁਣ ਜਿੱਦਾਂ ਲਾਰੈਂਸ ਦੀ ਹਾਈ ਕੋਰਟ ਮੰਨ ਲਓ ਅਦਾਲਤ ਦੇ ਦਖਲ ਦੇਣ ਦੇ ਨਾਲ ਹਟ ਗਈ, ਨਾਲ ਦੀ ਨਾਲ ਹੀ 1 ਹਫ਼ਤਾ ਪਹਿਲਾਂ ਸਰਕਾਰ ਆਤੰਕਵਾਦੀ ਘੋਸ਼ਿਤ ਕਰਦੀ ਹੈ ਗੋਲਡੀ ਨੂੰ, ਉਸ ਤੋਂ ਬਾਅਦ ਉਹਦੀ ਵੀਡੀਓ ਨੂੰ ਵਾਇਰਲ ਕਰਦੀ ਹੈ ਚੈਨਲਾਂ ਦੇ ਉੱਤੇ, ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅੱਗੇ ਜਿਹੜਾ ਤੁਹਾਡਾ ਮੀਡੀਆ ਇਹ ਇੱਕ ਤੀਜੇ ਥੰਮ ਵਜੋਂ ਜਾਣਿਆ ਜਾਂਦਾ ਸੀਗਾ ਸਾਡਾ, ਪਰ ਪੀੜਤਾਂ ਦੀਆਂ ਦੁਖਿਆਰਿਆਂ ਦੀਆਂ ਜਿਹੜੀਆਂ ਅਰਜ਼ੀਆਂ ਉਹਨਾਂ ਨੂੰ ਅੱਗੇ ਇਹਨਾਂ ਨੇ ਅਪਲੋਡ ਕਰਨਾ ਹੁੰਦਾ ਸੀਗਾ, ਉਹਨੂੰ ਸਮਾਜ ਦੇ ਅੱਗੇ ਲੈ ਕੇ ਆਉਣਾ ਸੀ। ਔਰ ਇੰਟਰਵਿਊ ਦੇਖੋ, ਇਹ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਦਾ ਇੰਨਾ ਸਖਤੀ ਦੇ ਨਾਲ,
ਦੇਸ਼ ਦੇ ਰਾਸ਼ਟਰ ਵਿਰੋਧੀ ਵੀ ਉਹਨੂੰ ਦੱਸਿਆ ਗਿਆ, ਯੂਥ ਵਿਰੋਧੀ ਵੀ ਉਹਨੂੰ ਦੱਸਿਆ ਗਿਆ, ਪਰੰਤੂ ਉਹਦੇ ਬਾਵਜੂਦ ਨਾਲ ਦੀ ਨਾਲ ਇੱਕ ਨਵੀਂ ਜਾਰੀ ਕਰਤੀ। ਤਾਂ ਜੋ ਸਰਕਾਰ ਹੀ ਇਹ ਚੀਜ਼ਾਂ ਨੂੰ ਗਲੋਰੀਫਾਈ ਕਰਦੀ ਹੈ, ਬਦਮਾਸ਼ਾਂ ਨੂੰ ਗਲੋਰੀਫਾਈ ਕਰਦੀ ਹੈ, ਤਾਂ ਫਿਰ ਰੋਕੂਗਾ ਕੌਣ? ਲੱਗਦਾ ਨਹੀਂ ਇੱਕ ਪਾਸੇ ਬਚਣ ਦੀਆਂ ਕੋਸ਼ਿਸ਼ਾਂ ਅਤੇ ਦੂਸਰੇ ਪਾਸੇ ਗੋਲਡੀ ਕਹਿੰਦਾ ਵੀ ਭਾਈ ਨੇ ਕਿਹਾ ਸੀਗਾ ਵੀ ਅਸੀਂ ਕਰਾਇਆ। ਬਿਲਕੁਲ, ਉਹ ਤਾਂ ਉਹਨਾਂ ਦੇ ਦੂਰੇ ਮਾਪਦੰਡ ਹੈ ਜੀ, ਇਹ ਤਾਂ ਕੱਠ ਪੁਤਲੀਆਂ ਨੇ ਜੀ। ਦੋਸ਼ੀ ਤਾਂ ਫਿਜ਼ੀਕਲੀ ਪੇਸ਼ ਹੋਏ ਨੇ, ਬਾਕੀ ਡੀਸੀ ਰਾਹੀਂ ਹੋਏ ਨੇ, ਔਰ ਕੁਛ ਸਾਡੇ ਵੱਲੋਂ ਕੁਛ ਰਿਕਾਰਡ ਮੰਗਿਆ ਗਿਆ, ਉਹ ਅਗਲੀ ਤਰੀਕ ਹੈ ਜਿਹੜੀ ਉਹ 8 ਫਰਵਰੀ ਪਈ ਹੈ, ਫਿਰ ਉਸ ਤੋਂ ਬਾਅਦ ਜਿਹੜੀ ਸ਼ਾਇਦ ਮੈਂ ਸੰਭਵ ਹੋਊਗੀ ਇਹ ਚਾਰ ਦੀ ਗ੍ਰੀਨ ਕਰ ਲਿਆ। ਕੀ ਕਹੋਗੇ ਲਗਾਤਾਰ ਜਿਹੜਾ ਇਨਸਾਫ ਦੀ ਮੰਗ ਨੂੰ ਲੈ ਕੇ ਹਰ ਇੱਕ ਪਾਰਟੀ ਕੋਲ ਗਹਾਰ ਵੀ ਲਗਾ ਚੁੱਕੇ ਹੁਣ ਵੀ ਜਿਹੜੇ ਮੁਲਜ਼ਮ ਬਾਹਰ ਨੇ? ਕਿਹੜਾ ਤਾਂ ਇਹ ਵੀ ਥੋੜ੍ਹੀ ਨਿਰਾਸ਼ਾ ਹੀ ਹੁੰਦੀ ਹੈ ਥੋੜ੍ਹੀ ਇਸ ਗੱਲ ਨੂੰ ਲੈ ਕੇ ਵੀ ਇੰਨੀ ਮਿਹਨਤ ਕਰਦੇ ਹਾਂ ਪਰ ਫਿਰ ਵੀ ਕੰਮ ਬਹੁਤ ਸਲੋ ਚੱਲ ਰਿਹਾ। ਚਲੋ ਉਹ ਹੁਣ ਅਦਾਲਤ ਦੀ ਆਪਣੀ ਮਰਿਆਦਾ ਹੁੰਦੀ ਜਿਸ ਤਰ੍ਹਾਂ ਸਾਰੇ ਦੋਸ਼ੀਆਂ ਨੂੰ ਆਪਦਾ ਪੱਖ ਰੱਖਣ ਦਾ ਹੱਕ ਹੈ, ਉਵੇਂ ਕੋਈ ਨਾ ਕੋਈ ਰੇੜਕਾ ਜਿਹਾ ਪਈ ਜਾਂਦਾ ਲੇਟ ਹੋਣ ਵਾਲਾ। ਤਾਂ ਹੁਣ ਵੀ ਲੱਗੀ ਹੈ ਵੀ ਨੇੜੇ ਸ਼ਾਇਦ 1-2 ਤਰੀਕਾਂ 'ਤੇ ਚਾਰਜ ਫਰੇਮ ਹੋ ਜਾਣ ਸ਼ਾਇਦ। ਠੀਕ, ਅੱਗੇ ਤੁਸੀਂ ਕਹਿੰਦੇ ਸੀ ਵੀ ਅਦਾਲਤਾਂ 'ਤੇ ਭਰੋਸਾ, ਅੱਜ ਫਿਰ 1 ਤਰੀਕ ਅੱਗੇ ਪੈ ਗਈ, ਪਹਿਲਾਂ ਵੀ ਇਹੀ ਗੱਲ ਹੋਈ ਸੀਗੀ? ਨਹੀਂ ਰਾਜੇ, ਭਰੋਸਾ ਤਾਂ ਹੈਗਾ ਹੀ ਹੈ, ਦੇਖੋ ਹੁਣ ਭਰੋਸਾ ਇਹ 'ਤੇ ਤਾਂ ਪ੍ਰੋਸੈਸ ਹੈ ਇੱਕ। ਹੁਣ ਜੇ ਕੋਈ ਬੰਦਾ ਐਪਲੀਕੇਸ਼ਨ, ਅੱਜ ਆਪਾਂ ਕਿਹਾ ਐਪਲੀਕੇਸ਼ਨ ਦੇ ਕੇ ਵੀ ਸਾਨੂੰ ਆਹ ਫਲਾਨਾ ਰਿਕਾਰਡ ਮਿਲਣਾ ਚਾਹੀਦਾ, ਤਾਂ ਹੁਣ ਕੋਰਟ ਨੂੰ ਮੰਨਣੀ ਪੈਂਦੀ ਉਹ ਗੱਲ ਤਾਂ ਜਿਹੜਾ ਕੋਈ ਐਪਲੀਕੇਸ਼ਨ ਲੱਗਦਾ। ਹਾਂ, ਜਿਹੜਾ ਦੂਜਾ ਸਰਕਾਰਾਂ ਦਾ ਜਿਹੜਾ ਰਵੱਈਆ ਉਹ ਇਸ ਤੋਂ ਵੀ ਜ਼ਿਆਦਾ ਨਿਰਾਸ਼ਾਜਨਕ ਹੈ। ਹੁਣ ਤੁਸੀਂ ਵੀਡੀਓ 'ਤੇ ਲਾ ਲਓ, ਹੁਣ ਜਿੱਦਾਂ ਲਾਰੈਂਸ ਦੀ ਹਾਈ ਕੋਰਟ ਮੰਨ ਜੋ ਅਦਾਲਤ ਦੇ ਦਖਲ ਦੇਣ ਦੇ ਨਾਲ ਹਟ ਗਈ, ਨਾਲ ਦੀ ਨਾਲ ਹੀ 1 ਹਫ਼ਤਾ ਪਹਿਲਾਂ ਸਰਕਾਰ ਆਤੰਕਵਾਦੀ ਘੋਸ਼ਿਤ ਕਰਦੀ ਹੈ ਗੋਲਡੀ ਨੂੰ, ਉਸ ਤੋਂ ਬਾਅਦ ਉਹਦੀ ਵੀਡੀਓ ਨੂੰ ਵਾਇਰਲ ਕਰਦੀ ਹੈ ਚੈਨਲਾਂ ਦੇ ਉੱਤੇ। ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅੱਗੇ ਜਿਹੜਾ ਤੁਹਾਡਾ ਮੀਡੀਆ ਇਹ ਇੱਕ ਤੀਜੇ ਥੰਮ ਵਜੋਂ ਜਾਣਿਆ ਜਾਂਦਾ ਸੀਗਾ ਸਾਡਾ, ਪਰ ਪੀੜਤਾਂ ਦੀਆਂ ਦੁਖਿਆਰਿਆਂ ਦੀਆਂ ਜਿਹੜੀਆਂ ਅਰਜ਼ੀਆਂ ਉਹਨਾਂ ਨੂੰ ਅੱਗੇ ਇਹਨਾਂ ਨੇ ਅਪਲੋਡ ਕਰਨਾ ਹੁੰਦਾ ਸੀਗਾ, ਉਹਨੂੰ ਸਮਾਜ ਦੇ ਅੱਗੇ ਲੈ ਕੇ ਆਉਣਾ ਸੀ। ਔਰ ਇੰਟਰਵਿਊ ਦੇਖੋ, ਇਹ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਦਾ ਇੰਨਾ ਸਖਤੀ ਦੇ ਨਾਲ, ਦੇਸ਼ ਦੇ ਰਾਸ਼ਟਰ ਵਿਰੋਧੀ ਵੀ ਉਹਨੂੰ ਦੱਸਿਆ ਗਿਆ, ਯੂਥ ਵਿਰੋਧੀ ਵੀ ਉਹਨੂੰ ਦੱਸਿਆ ਗਿਆ, ਪਰੰਤੂ ਉਹਦੇ ਬਾਵਜੂਦ ਨਾਲ ਦੀ ਨਾਲ ਇੱਕ ਨਵੀਂ ਜਾਰੀ ਕਰਤੀ। ਤਾਂ ਜੋ ਸਰਕਾਰ ਹੀ ਇਹ ਚੀਜ਼ਾਂ ਨੂੰ ਗਲੋਰੀਫਾਈ ਕਰਦੀ ਹੈ, ਬਦਮਾਸ਼ਾਂ ਨੂੰ ਗਲੋਰੀਫਾਈ ਕਰਦੀ ਹੈ, ਤਾਂ ਫਿਰ ਰੋਕੂਗਾ ਕੌਣ? ਲੱਗਦਾ ਨਹੀਂ ਇੱਕ ਪਾਸੇ ਬਚਣ ਦੀਆਂ ਕੋਸ਼ਿਸ਼ਾਂ ਅਤੇ ਦੂਸਰੇ ਪਾਸੇ ਗੋਲਡੀ ਕਹਿੰਦਾ ਵੀ ਭਾਈ ਨੇ ਕਿਹਾ ਸੀਗਾ ਵੀ ਅਸੀਂ ਕਰਾਇਆ। ਬਿਲਕੁਲ, ਉਹ ਤਾਂ ਉਹਨਾਂ ਦੇ ਦੂਰੇ ਮਾਪਦੰਡ ਹੈ ਜੀ, ਇਹ ਤਾਂ ਕੱਠ ਪੁਤਲੀਆਂ ਨੇ ਜੀ।